इस प्रोग्राम दे विच असीं तुहानूं वख-वख शख्सियतां दे नाल मिलाउंदे रहिंदे हां जिहड़ियां कि गिणन योग शख्सियतां हुंदियां ने जिन्हां ने अपनी जिंदगी दे विच किसे ना किसे मुकाम नूं हासिल कीता हुंदा है जां समाज वास्ते जां देश वास्ते कुछ ना कुछ कंट्रीब्यूट कीता हुंदा है। एक चढ़ाई कीती हुंदी है जिहड़ी कि प्रेरणा का स्रोत हुंदी है। इसे ही तरह अज साडे नाल हाजर ने सरदार बाबा सिंह ढल्लू जी जिहड़े कि इस देश दे विच्चों उठ के इंग्लैंड गए और इंग्लैंड दे विच बड़े ही छोटे लैवल तो उठ के काफ़ी तरक्की की है। असीं उन्हां दे नाल अज गलबात करांगे। ढल्लू जी तुसी साडे कोल अज हाजर हो, तुहाडा स्वागत है इस प्रोग्राम दे विच। तुसी सानू इह दसो क्योंकि तुहाडी जीवनी भी ऐसी है जिहड़ी कि साडे दर्शकां दे लई प्रेरणा का स्रोत हो सकती है। तुसी पता लगा है कि बहुत ही हेठले लैवल तो शुरू की सी अपनी जिंदगी और हुण काफ़ी तरक्की की है। तुसी कौंसलर हो मिडलैंड दी एक कौंसल दे विच सैंडवेल दे विच और तुसी इस पोजिशन नूं किस तरह हासिल किया। आपां शुरू करदे हां कि तुसी जदों इत्थे सी तां की पोजिशन सी तुहाडे घर दी तां की तुसी विद्या हासिल की। ਇੱਥੇ ਇਹਦਾ ਪੋਜੀਸ਼ਨ ਸੀ ਕਿ ਸਾਡੇ ਫਾਦਰ ਸਾਹਿਬ ਸੀ ਉਹ ਪੋਲੀਟੀਕਲ ਸਫਰਰ ਸੀਗੇ। ਅੱਛਾ ਜੀ। ਜੇਲ੍ਹਾਂ ਕੱਟੀਆਂ ਆਪਣੇ ਆਜ਼ਾਦੀ ਤੋਂ ਪਹਿਲਾਂ। ਕੀ ਨਾਂ ਸੀ ਉਹਨਾਂ ਦਾ? ਤੇ ਉਹਨਾਂ ਦਾ ਸਰਦਾਰ ਹਰੀ ਸਿੰਘ ਸੀਗਾ। ਸਰਦਾਰ ਹਰੀ ਸਿੰਘ ਜੀ ਜੇਲ੍ਹਾਂ ਕੱਟੀਆਂ ਦੇਸ਼ ਦੀ ਆਜ਼ਾਦੀ 'ਚ। ਜੀ ਜੀ ਆਜ਼ਾਦੀ ਦੀ ਜੇਲ੍ਹਾਂ ਕੱਟੀਆਂ। ਜੀ ਜੀ। ਤੇ ਇੱਥੇ ਤੱਕ ਕਿ ਜਦੋਂ ਮੈਂ 4-5 ਸਾਲ ਦਾ ਸੀ ਸਾਡੀ ਮਾਈ ਜੀ ਡੈਥ ਹੋ ਗਈ। ਅੱਛਾ ਜੀ। ਮਦਰ ਜੀ ਉਹ ਮੁਲਤਾਨ ਜੇਲ੍ਹ ਵਿੱਚ ਸੀਗੇ ਉਸ ਵੇਲੇ। ਅੱਛਾ। ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਡੇ ਛੋਟੇ ਛੋਟੇ ਬੱਚੇ ਆ ਵੀ ਤੁਸੀਂ ਪਿੰਡ ਚਲ ਜਾਓ ਨਾਲੇ ਬੱਚੇ ਦੇਖੋ ਨਾਲੇ ਆਪਣੇ ਘਰ ਵਾਲੀ ਨੂੰ ਦੇ ਦਾਗ ਦਿਓ। ਉਹ ਕਹਿੰਦੇ ਵੀ ਨਹੀਂ ਜੋ ਪਰਮਾਤਮਾ ਦਾ ਭਾਣਾ ਸੀ ਬੀਤ ਗਿਆ ਅਤੇ ਇਹਦੇ ਵਿੱਚ ਹੋਰ ਕੀ ਕਰ ਸਕਦੇ ਹਾਂ। ਫਿਰ ਉਹਨਾਂ ਦੇ ਸਾਥੀਆਂ ਨੇ ਵਿੱਚ ਹੀ ਮਾਸਟਰ ਕਾਬਲ ਸਿੰਘ ਜੀ ਅਤੇ ਜਿਹੜੇ ਕਿ ਉਹਨਾਂ ਦੇ ਬਹੁਤ ਕਰੀਬੀ ਦੋਸਤ ਸੀ ਉਹਨਾਂ ਨੇ ਵੀ ਸਲਾਹ ਕੀਤੀ ਵੀ ਅਸੀਂ ਸਾਡੇ ਭਾਈ ਜੀ ਉਹਨਾਂ ਨੂੰ ਜਥੇਦਾਰ ਜੀ ਕਹਿੰਦੀ ਕਰਕੇ ਬੁਲਾਉਂਦੇ ਸੀ ਵੀ ਇਹਨਾਂ ਨੂੰ ਕਹੀਏ ਵੀ ਮਨਾਈਏ ਕਿਸ ਤਰ੍ਹਾਂ ਉਹ ਚਲੇ ਜਾਣ। ਉਹ ਮੰਨੇ ਨਾ ਤਾਂ ਫਿਰ ਉਹਨੇ ਇਹ ਸਲਾਹ ਬਣਾਈ ਪਈ ਸੀ ਜਿਹੜਾ ਜੇਲ੍ਹ ਦਾ ਗਵਰਨਰ ਆ ਅਸੀਂ ਉਹਨੂੰ ਪੁੱਛ ਲੈਂਦੇ ਹਾਂ। ਉਹਨੇ ਜੇਲ੍ਹ ਦੇ ਗਵਰਨਰ ਨੂੰ ਉਹਨਾਂ ਤੋਂ ਬਗੈਰ ਪੁੱਛੇ ਤੋਂ ਪੁੱਛਿਆ ਵੀ ਕੀ ਜਾ ਸਕਦੀ ਵੀ ਛੋਟੇ ਬੱਚੇ ਇਹਨਾਂ ਦੇ ਘਰ ਵਾਲੀ ਦੀ ਡੈਥ ਹੋ ਗਈ ਆ ਤਾਂ ਉਹ ਕਹਿੰਦੇ ਮਾਫ਼ੀ ਮੰਗ ਲੈਣ ਤਾਂ ਚਲੇ ਜਾਣ। ਅਤੇ ਸਾਡੇ ਫਾਦਰ ਹੋਣਾਂ ਦੀ ਭਾਜੀ ਜੀ ਹੋਣਾਂ ਦੀ ਇਹ ਸੀ ਉਹ ਕਹਿੰਦੇ ਜੀ ਮਾਫ਼ੀ ਮੰਗਣੀ ਸੀ ਤਾਂ ਇੱਥੇ ਕੀ ਕਰਨਾ ਹੋਣਾ ਸੀ ਜੋ ਪਰਮਾਤਮਾ ਦਾ ਪਾਣਾ ਜਿੱਥੇ ਉਹ ਰੱਖੇ ਉੱਥੇ ਰਹਿਣਾ ਪੈਣਾ। ਤਾਂ ਫਿਰ ਇੱਦਾਂ ਜ਼ਿੰਦਗੀ ਬੀਤਦੀ ਗਈ ਅਸੀਂ ਹੌਲੀ ਹੌਲੀ। ਸਰਦਾਰ ਬਾਬਾ ਸਿੰਘ ਜੀ ਇੱਕ ਆਜ਼ਾਦੀ ਘੁਲਾਟੀਆ ਫੈਮਿਲੀ ਦੇ ਨਾਲ ਸੰਬੰਧਿਤ ਨੇ ਜਿਨ੍ਹਾਂ ਦੇ ਪਿਤਾ ਜੀ ਨੇ ਬੜੇ ਦੁੱਖ ਕੱਟੇ ਸਨ ਆਜ਼ਾਦੀ ਦੀ ਲੜਾਈ ਦੇ ਵਿੱਚ। ਉਹ ਦੱਸ ਰਹੇ ਨੇ ਕਿ ਉਹਨਾਂ ਦੀ ਜਦੋਂ ਮਾਤਾ ਜੀ ਦੀ ਡੈਥ ਹੋ ਗਈ ਸੀ ਤਾਂ ਉਹ ਜੇਲ੍ਹ ਵਿੱਚ ਸਨ ਪਰ ਉਹਨਾਂ ਨੇ ਮਾਫ਼ੀ ਨਹੀਂ ਮੰਗੀ। ਹਾਂਜੀ। ਮਾਫ਼ੀ ਮੰਗਣ ਤੋਂ ਨਾਂਹ ਕਰ ਦਿੱਤੀ ਪਰ ਉਹਨਾਂ ਨੇ ਕਿਹਾ ਕਿ ਰੱਬ ਦੇ ਬਾਣੇ ਨੂੰ ਮੈਂ ਮੰਨਦਾ ਹਾਂ ਅਤੇ ਮਾਫ਼ੀ ਨਹੀਂ ਮੰਗਣੀ। ਮਾਫ਼ੀ ਨਹੀਂ ਮੰਗਣੀ। ਉਸ ਤੋਂ ਬਾਅਦ ਤੁਸੀਂ ਬਾਬਾ ਸਿੰਘ ਜੀ ਜਦੋਂ ਪੜ੍ਹਨ ਦੇ ਲਾਇਕ ਹੋਏ ਤਾਂ ਕਿਸ ਤਰ੍ਹਾਂ ਉਸ ਉਮਰ 'ਚ ਪਹੁੰਚੇ ਤਾਂ ਤੁਸੀਂ ਕਿਸ ਤਰ੍ਹਾਂ ਫਿਰ ਤੁਹਾਨੂੰ ਸਾਂਭਿਆ ਕਿਸ ਨੇ ਪੜ੍ਹਾਇਆ ਕਿਸ ਨੇ? ਸਾਂਭਿਆ ਮੇਰੀਆਂ ਭੈਣਾਂ ਸੀ ਦੋ। ਅੱਛਾ ਜੀ। ਅਤੇ ਉਹਨਾਂ ਨੇ ਸਾਂਭਿਆ ਅਤੇ ਫਿਰ ਇੱਥੇ ਪ੍ਰਾਇਮਰੀ ਸਕੂਲ 'ਚ ਗਏ ਪਿੰਡ ਤਾਂ ਫਿਰ ਪੱਦੀ ਸਕੂਲ ਜਾਂਦੇ ਰਹੇ। ਜੀ ਜੀ। ਅਤੇ ਉਦੋਂ ਬਾਅਦ ਫਿਰ ਮੈਂ ਹੋਰ ਤਕੜਾ ਹੋ ਗਿਆ ਅਤੇ ਫਿਰ ਸਾਡੇ ਭਾਜੀ ਜੀ ਹੁਣੀ ਜੇਲ੍ਹ ਤੋਂ ਆਏ ਸੀਗੇ ਅਤੇ ਜਲੰਧਰ ਉੱਥੇ ਉਹਨਾਂ ਦਾ ਬਿਜ਼ਨਸ ਖੋਲ੍ਹਿਆ ਅਤੇ ਉੱਥੇ ਸਾਨੂੰ ਲੈ ਗਏ ਅਤੇ ਬੋਰਡਿੰਗ ਦੇ ਵਿੱਚ ਅਸੀਂ ਪਾਤਾ ਅਤੇ ਬੋਰਡਿੰਗ ਤੋਂ ਫਿਰ ਅਸੀਂ ਘਰ ਰਹਿਣ ਲੱਗ ਪਏ ਕਿਰਾਏ 'ਤੇ ਜਾਂ ਘਰ ਰਹਿਣ ਲੱਗ ਪਏ। ਉੱਥੇ ਜਿਹੜੇ ਘਰ ਦੇ ਮਾਲਕ ਸੀ ਜਿਨ੍ਹਾਂ ਨੇ ਇੰਨਾ ਸਾਨੂੰ ਤੰਗ ਕੀਤਾ ਝਾੜੂ ਫੇਰੋ ਫਰਜ਼ ਸਾਫ਼ ਕਰੋ ਕੱਪੜੇ ਧੋਵੋ ਜਾਣੀ ਜ਼ਿੰਦਗੀ ਇੰਨੀ ਮਤਲਬ ਸਾਡੀ ਤੰਗ ਕਰ ਦਿੱਤੀ ਕਿ ਅਸੀਂ ਮਾਲਕ ਮਕਾਨ ਦੇ ਕੱਪੜੇ ਧੋਣੇ ਮਾਲਕ ਮਕਾਨ ਦੇ ਕੱਪੜੇ ਆਪਣੇ ਕੱਪੜੇ ਫਰਜ਼ ਸਾਫ਼ ਕਰਨਾ ਤੁਸੀਂ ਜਿਹੜੀ ਵੀ ਚੀਜ਼ ਕਹੋ ਅਸੀਂ ਕਰਦੇ ਸੀਗੇ ਵੀ ਤਾਂ ਕਿ ਚਲੋ ਜੋ ਕਰਨਾ ਭਾਣਾ ਦੱਸ ਕਹੋ ਪਰਮਾਤਮਾ ਤੋਂ ਉਹ ਤਾਂ ਮੰਨ ਹੀ ਲਿਆ ਮਾਤਾ ਨਹੀਂ ਸੀਗੇ ਅਤੇ ਕਰ ਕਰਕੇ ਫਿਰ ਮਗਰੋਣੀ ਫਿਰ ਮੈਂ ਥੋੜ੍ਹਾ ਜਿਹਾ ਇੱਦਾਂ ਮਹਿਸੂਸ ਕੀਤਾ ਵੀ ਨਹੀਂ ਠੀਕ ਹੈ। ਮੈਂ ਕਿਹਾ ਜੀ ਮੈਂ ਆਪਣੀ ਭੂਆ ਦੇ ਜੀ ਦੇ ਘਰ ਰਹਿਣਾ। ਉਹ ਕਹਿੰਦੀ ਵੀ ਨਹੀਂ 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 ਮੁੱਲੋ ਮੱਲੀ ਮੁੱਲ ਮੁੱਲੀ ਚਲੋ ਉਹ ਚੀਜ਼ ਨੂੰ ਮਹਿਸੂਸ ਕਰਦੇ ਹੋਏ ਸਾਡੀ ਭੂਆ ਨਾਲ ਸਾਡੇ ਭਾਸ਼ਾ ਜੀ ਦਾ ਬਹੁਤ ਪਿਆਰ ਸੀਗਾ। ਉਹ ਕਹਿੰਦੇ ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਣਾ ਇਹਨੂੰ ਅਤੇ ਫਿਰ ਉਹਨਾਂ ਨੇ ਤੁਹਾਨੂੰ ਪੜ੍ਹਾਇਆ ਫਿਰ ਉੱਥੇ ਫਿਰ ਮੈਂ ਕੁਲਥਮ ਰਹਿ ਕੇ ਅਤੇ ਦਸਵਾਂਝ ਕਲਾਂ ਵਿੱਚ ਪੜ੍ਹਿਆ। ਅੱਛਾ। ਉੱਥੇ ਮੈਂ ਮੈਟ੍ਰਿਕ ਕੀਤੀ ਮੈਟ੍ਰਿਕ ਕਰਨ ਤੋਂ ਬਾਅਦ ਫਿਰ ਮੈਂ ICT ਫੁਆੜੇ 'ਚ ਟੈਕਨੀਕਲ ਕੋਰਸ ICT ਕੀ ਸੀ? ਉਹ ਇੰਸਟੀਚਿਊਟ ਆਫ ਟੈਕਨੀਕਲ
फिर हौली हौली एक साढ़े रिश्तेदार सिगे ओवरसीयर उन्होंने को संगरूर चल गया तो संगरूर चल गया उत्थे फिर मैं ऑफिस के बेच उन्हें 6 महीने की अप्रेंटिसशिप कराई तो उन्हें देखा भी मुंडा काम करने वाला आया तो वो उस दफ्तर के जॉब निकली तो वह मैं कहते भी तू अपलाई कर दे सारे जिहड़े होर एक्सीजन वगैरह सब कुछ सारी SDO भी तैनू रिकमेंड करांगे। अच्छा उन्होंने रिकमेंड किया मैंने उन्हें जॉब से रखे नहीं औखा गंदा दत्ता पारा वो लोग जिहड़े गोरे नहीं सी करदे वो कम असी करदे साढ़े लोग करदे सी एशियन हाँ जी तो वह किया उदों बाद हौली 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 करदे करदे फिर मैं उत्तों छड़ के मैं बस कंडक्टर लग गया। अच्छा नवंबर 60 जिथे रही फादर साहब कहते इंडिया नू आ गया सदी सैर करने लगे बी ओ बच्चे मैं देखने भाई पहला चल गए थे भी मैं थोड़े भी देखने तू इथे आ जा मैं उन्होंने कहने ते जॉब छड के आ गया मैं जॉब ना मिली। अच्छा जॉब ना मिली तो फिर मैं छोटे छोटे घरां च कई कई जने अद्धे दिन रह रहे अद्धे रात तुसी भी इदां दी जिंदगी कट्टी के जी 30 जने इक घर च रहंदी सी। अच्छा बहुत तंगी दे दिन कट्टे 30 जने इक घर साडी शिफ्ट हुंदी सी एक बंदा उठ के बैड तों चले गया दूजा आ गया इदां ही टॉयलेट बाहर हुंदी सी सियाल च पानी जम जाणे तो तत्ता पानी टंकियां च पाउणा तां चलाउणियां उत्थे भी लाइन लग जांदी सी चलो परमात्मा दी देण सी वो दिन कट लै फिर हौली 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 तुसी जदों इक कमरे च रहिंदे सी तुहाडे नाल किन्ने जने होर रह रहे 4 जने जी। क्योंकि बंदा इन्ना सगा मेरे ना ज्यादा पढ़िया सगा ते मेरे ना ज्यादा समझदार भी सा इच कोई शक वाली गल नहीं वो मैं कह ये करते कहते नहीं 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 वो कहता नहीं तू पढ़न लग भी कहता मैं कॉलेज गया उन्होंने कहते भी उन्होंने रखे नहीं कॉलेज में कहते भी जी इंडियन की क्वालिफिकेशन है स्टैंडर्ड लो आ। अच्छा फिर वो कहता मेरा टेस्ट लै लो जो टेस्ट लिया प्रिंसीपल 10 out of 10 फिर उन प्रिंसीपल आप ही कह लगे क्योंकि एशियंस का ये भी सी ना डिस्क्रिमिनेशन उन कहने लगा प्रिंसिपल कहता भी तेरा को दोस्त हो रहा है तो लिया जो देखिए भी इन्ना इंटेलीजेंट है बंदा उन फिर मैंने प्रेरणा की मैं यार मैं फाउंड्री काम करता कहता आके की करना मैं कोई खास नहीं चल कॉलेज कॉलेज चल गया उत्थे मैं थोड़े चल घर का मेरा एनवायरमेंट इदा सगा मैं घर ने पढ़ तो तंग करता उदा 10 out of 10 आते घर जो होमवर्क कंप्लीट सगा मैं बहुत तंगी है ना करता सगा तो फिर मैं मजबूरन छड़ना पिया छड़ के फिर मैं हौली 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 तो फिर बसा च लग गया बसा च लग के फिर हौली फिर मैं ड्राइवर बन गया तो फिर मैं मैनू किसी ने प्रेरणा की भी तू पार्टी ज्वाइन कर मैं लेबर पार्टी ज्वाइन कर ली। हुण इत्थे असीं तुहानूं रोकना चाहुंदे हां असीं देख रहे हाँ कि एक आज़ादी संग्रामी दा बेटा इस देश दे विच पढ़िया और उस दीआं सिफारिशां भी सी क्वालीफाई होण तों बाद उस नूं नौकरी नहीं मिली नहीं जी
और जिस देश नूं आजाद कराने दे लई उन्हां दे पिता जी ने अपने जीवन का बहुत वड्डा हिस्सा लगाया सी, ओ देश नूं इन्हां ने समझा कि मैं इत्थे रहना ही नहीं। हाँ जी, बाहर चले गए और बाहर जाण तों बाद जिद्दां दे इन्हां ने काम कीते बड़े सख्त, फाउंडरी का इन्ना खतरनाक काम है और काफ़ी सख्त काम है, उस तों शुरू कीता कंडक्टरी कीती और उस तों बाद फिर इन्हां ने अपनी स्ट्रगल दे दौरान अपनी रोटी कमाउण दे नाल नाल राजनीति दे विच जाण दा फैसला करा। हाँ जी, ਤੁਹਾਨੂੰ ਲੱਗਦਾ ਸੀ ਕਿ ਤੁਹਾਡੇ ਪਿਤਾ ਜੀ ਦੀ ਵੀ ਪ੍ਰੇਰਨਾ ਸੀ ਕਿ ਰਾਜਨੀਤੀ 'ਚ ਚਲੇ ਜਾਣਾ ਚਾਹੀਦਾ ਭਾਵੇਂ ਦੇਸ਼ ਦੀ ਆਪਣੇ ਦੀ ਨਹੀਂ ਸੀ ਉਹ? ਨਹੀਂ, ਉਹਨੇ ਨਹੀਂ ਕੋਈ ਪ੍ਰੇਰਨਾ ਕੀਤੀ, ਮੇਰੇ ਆਪਣੇ ਮਨ 'ਚ ਹੀ ਇੱਦਾਂ ਫੁਰਨਾ ਫੁਰਿਆ ਪਈ ਮੈਂ ਵੀ ਕਿਸੇ ਦੇ ਕੰਮ ਕਰ ਸਕਾਂ, ਕਿਉਂਕਿ ਮੇਰੇ ਫਾਦਰ ਦੀ ਨਸੀਹਤ ਇਹ ਸੀ ਸਾਨੂੰ ਵੀ ਕਾਕਾ ਜਿੱਥੇ ਕੰਮ ਕਰਨਾ ਸਹੀ ਕੰਮ ਕਰਨਾ, ਇੱਦਾਂ ਨਹੀਂ ਕਰਨਾ ਪਿਆ ਹੋਊ ਪਰੇ। ਸਲਾਹ ਕਿਸੇ ਨੂੰ ਦੇਣੀ ਚੰਗੀ ਦੇਣੀ ਆ, ਮਾੜੀ ਨਹੀਂ ਦੇਣੀ, ਕਿਸੇ ਦਾ ਬੁਰਾ ਨਹੀਂ ਤੱਕਣਾ, ਜੇ ਚੰਗਾ ਨਹੀਂ ਤੱਕਦਾ ਤਾਂ ਮਾੜਾ ਵੀ ਨਹੀਂ ਤੱਕਣਾ। ਉਹ ਨਸੀਹਤਾਂ ਹਾਲੇ ਵੀ ਮੇਰੇ ਨਾਲ ਆ, ਭਾਵੇਂ ਉਹ 1970s ਪੂਰੇ ਹੋ ਗਏ ਸੀ, ਅਤੇ ਫਿਰ ਸਖ਼ਤ ਮਿਹਨਤ ਕਰਨੀ, ਸਹੀ ਤਰੀਕੇ ਨਾਲ ਕਹਿਣਾ ਵੀ ਕੰਮ ਇੱਦਾਂ, ਗਲਤ ਕੰਮ ਨਹੀਂ ਕਰਨਾ, ਨਾ ਗਲਤ ਕੰਮ ਜ਼ਿੰਦਗੀ 'ਚ ਕੀਤਾ ਹੀ ਆ। ਹਾਂਜੀ, ਅਤੇ ਫਿਰ ਉਹ ਕਰਦੇ ਕਰਦੇ ਫਿਰ ਮੈਂ ਪਾਰਟੀ ਜੁਆਇਨ ਕਰਨ ਲਈ ਕਾ ਬਹੁਤ ਸਖ਼ਤ ਕੰਮ ਕੀਤਾ ਪਾਰਟੀ ਦੇ ਵਿੱਚ, ਇੱਥੇ ਅੰਗ ਨਹੀਂ ਵੀ ਪਾਰਟੀ ਜੁਆਇਨ ਕਰ ਲਈ ਤਾਂ ਠੀਕ ਆ। ਫਿਰ ਉਹ ਹੌਲੀ ਹੌਲੀ ਫਿਰ ਮੈਂ ਦੂਜੇ ਲਈ ਖੜਾ ਹੋਇਆ, ਕੌਂਸਲਰ ਲਈ ਖੜਾ ਨਹੀਂ ਹੋਇਆ, ਨੋਮੀਨੇਸ਼ਨ ਲਈ, ਪਹਿਲਾਂ ਟਿਕਟ ਲੈਣ ਲਈ ਨਹੀਂ, ਨੋਮੀਨੇਸ਼ਨ ਮਿਲ ਨਹੀਂ ਸਕੀ। ਇਹ ਪਾਰਟੀ ਦੇ ਅੰਦਰ ਜਿਹੜਾ ਤੁਸੀਂ ਕਿਹਾ ਨਾ ਵੀ ਮੈਂ ਬੜਾ ਸਖ਼ਤ ਕੰਮ ਕੀਤਾ, ਹਾਂਜੀ, ਪਾਰਟੀ ਦੇ ਅੰਦਰ ਕਿਸ ਤਰ੍ਹਾਂ ਦਾ ਸਖ਼ਤ ਕੰਮ ਕਰਨਾ ਪੈਂਦਾ? ਇੱਥੇ ਤਾਂ ਉਹਦੇ ਵਿੱਚ ਹੋਰ ਤਰ੍ਹਾਂ ਦਾ ਸਿਸਟਮ ਹੈ ਨਾ, ਉਸ ਵਿੱਚ ਇੱਦਾਂ ਲੀਫਲੈਟ ਡਿਲੀਵਰ ਕਰਨੇ, ਓਕੇ, ਡੋਰਾਂ ਨੌਕ ਕਰਨੀਆਂ ਲੋਕਾਂ ਦੀਆਂ, ਜਾ ਕੇ ਵੀ ਸਾਡੀ ਪਾਰਟੀ ਨੂੰ ਵੋਟ ਪਾਓ, ਉਹਨੂੰ ਵੀ ਦੱਸਣਾ ਪੈਣਾ ਕਾਹਤੇ ਵੋਟ ਪਾਓ, ਵੀ ਸਾਡੀ ਪਾਰਟੀ ਨੇ ਆਹ ਕੀਤਾ, ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ, ਅਤੇ ਉਹਦੇ ਨਾਲ ਨਾਲ ਵੀ ਉਹ ਸਖ਼ਤ ਮਿਹਨਤ, ਇੱਦਾਂ ਤੁਹਾਨੂੰ ਸਖ਼ਤ ਮਿਹਨਤ ਦਾ ਮਤਲਬ ਸਾਨੂੰ ਬਹੁਤ ਤਰ੍ਹਾਂ ਦੇ ਲੋਕ ਡੋਰ ਸਟੈਪ 'ਤੇ ਮਿਲਦੇ ਆ, ਤਾਂ ਉਹਨਾਂ ਦੀ ਗੱਲ ਦਾ ਜਵਾਬ, ਉਹਨਾਂ ਦਾ ਸਾਹਮਣਾ, ਉਹਨਾਂ ਨੂੰ ਸੋਹਣੇ ਤਰੀਕੇ ਨਾਲ ਸਮਝਾਉਣਾ, ਇਹ ਵੀ ਤੁਹਾਡੇ 'ਚ ਕੁਆਲਿਟੀ ਹੋਣੀ ਚਾਹੀਦੀ ਆ, ਬਸ਼ਰਤੇ ਕਿ ਤੁਸੀਂ ਇਸ ਚੀਜ਼ ਦੇ ਕਾਬਲ ਹੋਵੋ। ਤਾਂ ਫਿਰ ਹੌਲੀ ਹੌਲੀ ਦੇਖ ਕੇ ਵੀ ਫੈਸਲਾ ਕੀਤਾ ਪਾਰਟੀ ਨੇ ਵੀ ਇਹਨੂੰ ਟਿਕਟ ਦਿੱਤਾ ਜਾਵੇ, ਓਕੇ, ਪਰ ਮੈਨੂੰ ਨੋਮੀਨੇਸ਼ਨ ਮਿਲੀ ਨਹੀਂ, ਥੋੜੀਆਂ ਵੋਟਾਂ 'ਚ ਰਹਿ ਗਿਆ ਮੈਂ, ਇੱਕ ਵੋਟ ਨੋਮੀਨੇਸ਼ਨ ਦੇ ਲਈ ਜਿੱਤਣਾ ਹੀ ਪੈਂਦੀ ਨੋਮੀਨੇਸ਼ਨ ਵੋਟਾਂ ਦੇ ਰਾਹੀਂ, ਉਹ ਮੈਂਬਰ ਜਿਹੜੇ ਹੁੰਦੇ ਉਹਨਾਂ ਦੀ, ਇਹਦਾ ਇਹ ਨਹੀਂ ਕਿ ਲੀਡਰ ਨੇ ਟਿਕਟ ਦੇ ਦਿੱਤੀ ਤਾਂ ਨਾ 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 ਨਾ। ਫਿਰ ਦੂਜੀ ਵਾਰੀ ਫਿਰ ਮੈਂ ਟਰਾਈ ਕੀਤੀ ਤਾਂ ਫਿਰ ਮੈਨੂੰ ਨੋਮੀਨੇਸ਼ਨ ਮਿਲ ਗਈ, ਲੇਕਿਨ ਬੜੀ ਸਖ਼ਤ ਮਿਹਨਤ ਨਾਲ, ਤਰ੍ਹਾਂ ਤਰ੍ਹਾਂ ਦੇ ਪਾਰਟੀ ਮੈਂਬਰਾਂ ਨੇ ਸਵਾਲ ਪੁੱਛੇ, ਤੂੰ ਇਹਦੇ ਬਾਰੇ ਕੀ ਜਾਣਦਾ, ਤੂੰ ਕੀ ਕਰੂੰਗਾ, ਜੇ ਕਰੂੰਗਾ ਕਿੱਦਾਂ ਕਰੂੰਗਾ, ਅਤੇ ਕਿਉਂਕਿ ਮੈਂ ਉਸ ਇਲਾਕੇ 'ਚ ਦੂਜਾ ਏਸ਼ੀਅਨ ਸੀਗਾ, ਜੇ ਇੱਦਾਂ ਛੋਟੇ ਛੋਟੇ ਸ਼ਹਿਰ ਜਿੱਦਾਂ ਬੰਗੇ ਆ, ਪਵਾੜੇ ਆ, ਵੀ ਜਿੱਦਾਂ ਇੱਕ ਟਾਊਨ ਦੇ ਵਿੱਚ ਤਾਂ ਸੀਗਾ ਇੱਕ ਏਸ਼ੀਅਨ, ਇਸ ਟਾਊਨ ਵਿੱਚ ਮੈਂ ਪਹਿਲਾ ਏਸ਼ੀਅਨ ਸੀਗਾ, ਤਾਂ ਮੈਨੂੰ ਬਹੁਤ ਬੁਰੀ ਤਰ੍ਹਾਂ ਗੋਰਿਆਂ ਦਾ ਸਾਹਮਣਾ ਕਰਨਾ ਪਿਆ, ਉਹਨੇ ਚਿੱਠੀਆਂ ਲਿਖੀਆਂ ਸਾਡੇ ਮੁਲਕ 'ਚ ਤੂੰ ਦਖਲ ਨਾ ਦੇ, ਅਤੇ ਤੇਰਾ ਕੰਮ ਕੀ ਸਾਡੇ ਮੁਲਕ ਵਿੱਚ, ਮੈਂ ਸਭ ਸਹਿਣ ਕਰਕੇ ਬਹੁਤ ਮਿਹਨਤ ਕੀਤੀ, ਗੋਰੀ ਮੇਰੇ ਕੋਲ ਹੌਲੀ ਹੌਲੀ ਸਲਾਹ ਪੁੱਛਣ ਆਉਣ ਲੱਗ ਪਏ, ਸਲਾਹ ਪੁੱਛਣ ਮੈਨੂੰ, ਜਿਹੜੇ ਮੇਰੇ ਨਾਲ ਦੇ ਗੋਰੇ ਸੀਗੇ, ਤਿੰਨ ਕੌਂਸਲਰ ਹੁੰਦੇ ਇੱਕ ਵਾਰਡ ਦੇ ਵਿੱਚ, ਉਹ ਕਹਿੰਦੇ ਤੇਰੇ ਕੋਲ ਆਉਂਦਾ ਤਾਂ ਨਹੀਂ, ਤੂੰ ਟਾਈਮ ਕਾਹਦੀ ਵੇਸਟ ਕਰਦਾ, ਮੈਂ ਕਿ ਨਹੀਂ, ਮੈਂ ਇਹ ਅੰਡਰਟੇਕਿੰਗ ਦੇਣ ਕੇ ਬਣਿਆ ਆ ਵੀ ਮੈਂ ਸਖ਼ਤ ਮਿਹਨਤ ਕਰਨੀ, ਮੈਂ ਸੇਵਾ ਕਰਨੀ ਆ। ਹਾਂਜੀ, ਫਿਰ ਤੁਸੀਂ ਕੌਂਸਲਰ ਚੁਣੇ ਗਏ? ਫਿਰ ਮੈਂ ਕੌਂਸਲਰ ਚੁਣਿਆ ਗਿਆ। ਕਿਹੜੇ ਸਾਲ ਚੁਣਿਆ ਗਿਆ? ਪਹਿਲੀ ਵਾਰੀ ਕਦੋਂ ਚੁਣੇ ਗਏ? 1983 ਦੇ ਵਿੱਚ। ਹੁਣ ਵੀ ਤੁਸੀਂ ਕੌਂਸਲਰ ਆ? ਹੁਣ ਵੀ ਮੈਂ ਕੌਂਸਲਰ ਆ। ਹੁਣ ਤੁਸੀਂ ਕਿੰਨਵੀਂ ਵਾਰੀ ਚੁਣ ਹੋਏ ਉੱਥੇ? ਫਿਰ ਹਰੇਕ 4 ਸਾਲ ਬਾਅਦ ਮੈਂ 21 ਸਾਲ ਰਿਹਾ ਜੀ। 21 ਸਾਲ ਤੋਂ ਕੌਂਸਲਰ ਚਲੇ ਆ ਰਹੇ? ਹਾਂਜੀ, ਅਤੇ ਜਿਹਦੇ ਵਿੱਚ ਮੈਂ ਡਿਪਟੀ ਮੇਅਰ ਵੀ ਰਿਹਾ, ਅਤੇ ਡਿਪਟੀ ਮੇਅਰ ਮੈਂ ਰਿਹਾ 2001 ਇੱਕ ਸਾਲ ਲਈ ਹੁੰਦਾ। ਓਕੇ, ਹੁਣੇ ਤੁਸੀਂ ਨਾ ਇੱਕ ਇਸ਼ਾਰਾ ਕੀਤਾ ਸੀ, ਸੰਕੇਤ ਦਿੱਤਾ ਸੀ ਕਿ ਮੈਨੂੰ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪਿਆ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪਿਆ, ਉਹ ਵੀ ਕਿਸ ਤਰ੍ਹਾਂ ਦੀ ਸੀ? ਉਹ ਵੀ ਸੀ ਇਦਾਂ ਦੀ ਪਈ ਵੀ ਗੋਰਿਆਂ ਕਹਿੰਦੇ ਇਹਨੂੰ ਕਿਹੜਾ ਪਤਾ ਏਸ਼ੀਅਨ, ਇਹਨੂੰ ਕੀ ਪਤਾ, ਉਹਨੂੰ ਇਹ ਨਹੀਂ ਪਤਾ ਵੀ ਏਸ਼ੀਅਨ ਹਾਰਡ ਵਰਕਰ ਵੀ ਹੈਗੇ ਆ, ਦਿਮਾਗੀ ਵੀ ਹੈਗੇ ਆ, ਵੀ ਕਾਮਯਾਬ ਹੋ ਸਕਦੇ ਆ। ਹੌਲੀ 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 ਮੇਰੀ ਇੰਨੀ ਪੈਂਠ ਪਈ, ਜਿਹਨੇ ਕੀ ਕਹਿਣਾ, ਉਹਨੂੰ ਕਹਿਣਾ ਕੌਂਸਲ ਡਾਲੂ ਕੋ, ਅਦਨ ਤਾਂ ਮੇਰੇ ਨਾਂ ਦਾ ਨਾ ਸੀ, ਦੂਜੇ ਦਾ ਪਤਾ, ਕੌਂਸਲ ਡਾਲੂ ਕੋ ਜਾ ਕੋ ਕੰਮ ਕਰਾਉਣਾ ਤਾਂ, ਇਸ ਸੰਸੀਅਰ ਵਰਕਰ, ਹਾਰਡ ਵਰਕਰ ਹੈ, ਸਭ ਤੋਂ ਗੋਰਿਆਂ ਨੇ ਕਹਿਣਾ, ਅਤੇ ਮੈਂ ਇੰਨੀ ਹਾਰਡ ਵਰਕ ਸ਼ੁਰੂ ਕਰਤੀ, ਜੇ ਗੋਰੀ ਕੋ ਬੁੜੀ ਸਿਆਣੀ ਆ, 80-90-40 ਨਹੀਂ ਤੁਰ ਸਕਦੀ, ਵੀ ਮੇਰੀ ਡਿਵਾਈਸ ਵਾਲੀ ਜਾਂ ਮੇਰੇ ਘਰ ਆਉਣ ਦੀ ਜ਼ਰੂਰਤ, ਮੈਂ ਤੁਹਾਡੇ ਕੋਲ ਜੇ ਬੁਰਾ ਨਾ ਮੰਨੋ ਮੈਂ ਤੁਹਾਡੇ ਘਰ ਆ ਸਕਦਾ, ਇੰਨੀ ਉਹਨੇ ਅਪਰੀਸ਼ੀਏਟ ਕੀਤਾ, ਇੰਨੇ ਅਪਰੀਸ਼ੀਏਟ ਕਰਦਾ, ਸਾਰੇ ਇਹੀ ਹੋ ਗਏ ਵੀ ਤੁਸੀਂ ਉਹਦੇ ਕੋਲ ਜਾਓ, ਵੀ ਸਰਵਿਸ ਐਟ ਦਾ ਡੋਰ ਸਟੈਪ। ਹਾਂਜੀ, ਅਤੇ ਫਿਰ ਮੈਂ 2001 ਤੋਂ ਡਿਪਟੀ ਮੇਅਰ ਬਣਿਆ।
हाँ जी ओदे नाल नाल मैं भुल गया दसना भुल गया स्कूल का गवर्निंग बॉडी थोड़ी दसी दिती सी वह हूँ रिजाइन दिता क्यों मेरे ज्यादा हो गया से काम मैं मैजिस्ट्रेट भी रहा अच्छा मैजिस्ट्रेट रहा मैं 84 तो लग के फिर 25 साल रहा जी 99 च जाके क्योंकि जब तुसी 70 साल के हो जाने फिर वो थोनू लॉर्ड चांसलर कहता भाई थैंक यू वेरी मच फॉर योर सर्विसिज तो उहदे नाल मैनू नहीं सर्टिफिकेट भी दिता मेरी सर्विसिज का ते बाकी जिस वेले तुसी कौंसल चो हट जाने जिदा मैं 2004 च साडी खास बंदे ने धोखा किया मैं हार गया सगा अच्छा ते फिर 2004 तो लैके 2007 तक मैं ऑफ रहा नहीं दिते ते उस दौरान दे विच मैनु ऑर्डिनरी ऑल्डरमैन दी मिली जिहड़े कि ओह पिछे पिया उधर ते ओह मैनु कौंसल ने ऑनर किया भई 21 ईयर डिस्टिंग्विश सर्विस दा अवार्ड दिता जिहदे नाल जी मेरी डैथ हो जांदी तां फ्लैग लोमस करना सी ते जिहड़ी भी कोई मीटिंग होनी सी मैनु सारी उहदी कारवाई भेजनी सी अटेंड करन लई भी ते जिथे प्रोसेशन होणा उत्थे मैं MP उहदे बाद ऑर्डिनरी ओल्डमैन उहदे बाद कौंसलर हुंदा ओके तुसीं इहदा मतलब कि पब्लिक लाइफ पिछले 21 सालां तों तकरीबन ਉੱਥੇ ਬਤੀਤ ਕਰ ਰਹੇ ਹਾਂ ਜਿਹਦੇ 'ਚ ਤੁਸੀਂ ਲੋਕਾਂ ਦੀ ਸੇਵਾ ਕੀਤੀ ਪੋਲੀਟਿਕਲ ਨਹੀਂ ਜੀ 1983 ਤੋਂ ਲੱਗ ਕੇ 21 ਸਾਲ ਉਹ ਫਿਰ ਹੁਣ 2007 ਤੋਂ ਲੱਗ ਕੇ ਹੁਣ ਫਿਰ ਹੋ ਗਿਆ ਹੁਣ ਵੀ ਕੌਂਸਲ ਹਾਂ ਠੀਕ ਹੈ ਤਾਂ ਮਤਲਬ ਕਿ 24 ਸਦੀ ਤੋਂ ਵੱਧ ਸਮਾਂ ਹੋ ਗਿਆ ਹਾਂਜੀ ਉੱਥੋਂ ਦੀ ਸਾਡੀ ਪੰਜਾਬੀ ਕਮਿਊਨਿਟੀ ਇੰਡੀਅਨ ਕਮਿਊਨਿਟੀ ਹੈ ਉਹਦੀ ਕਿਸ ਤਰ੍ਹਾਂ ਦੀ ਹਾਲਤ ਤੁਸੀਂ ਦੇਖ ਰਹੇ ਹਾਂ ਬਈ ਕਿੱਦਾਂ ਦੀਆਂ ਉਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਲੱਗਦਾ ਕਿ ਕਾਫੀ ਲੋਕਾਂ ਨੇ ਬੜਾ ਰਾਈਜ਼ ਕੀਤਾ ਉੱਥੇ ਉਹਨਾਂ ਦੀ ਇਕਨੋਮੀ 'ਚ ਬੜਾ ਵੱਡਾ ਹਿੱਸਾ ਪਾਇਆ ਔਰ ਕਾਫੀ ਉਹਨਾਂ ਨੂੰ ਮਾਨ ਸਨਮਾਨ ਵੀ ਕੁਈਨਸ ਦੇ ਜਿਹੜੇ ਉਹ ਅਵਾਰਡ ਮੈਡਲ ਲੈ ਰਹੇ ਆ ਉਹ ਉਸ ਕਮਿਊਨਿਟੀ ਦੇ ਬਾਰੇ ਤੁਹਾਡਾ ਕੀ ਇੰਪ੍ਰੈਸ਼ਨ ਕੀ ਜਿੱਦਾਂ ਕਮਿਊਨਿਟੀ ਲਈ ਜਿੱਦਾਂ ਮੈਂ ਕੀਤੀ ਆ ਮੈਨੂੰ ਵੀ ਕੋਈ ਰਿਕਮੈਂਡ ਕਰ ਸਕਦਾ ਸੀਗਾ ਪਰ ਇੱਥੇ ਤੱਕ ਨਹੀਂ ਗੱਲ ਹੋ ਸਕੀ ਚਲੋ ਕੋਈ ਗੱਲ ਨਹੀਂ ਅਤੇ ਫਿਰ ਉਹਦੇ ਨਾਲ ਨਾਲ ਫਿਰ ਉਹ ਬੰਦੇ ਨੂੰ ਇੰਨੀ ਸਖ਼ਤ ਮਿਹਨਤ ਅਗਲੇ ਕਹਿੰਦੇ ਵੀ ਐਕਸਟਰਾ ਆਰਡੀਨਰੀ ਕੰਮ ਕੀਤਾ ਕਮਿਊਨਿਟੀ ਲਈ ਜਿਹੜੀ ਹੋ ਸਕਦਾ ਮੈਂ ਇਸ ਲੈਵਲ 'ਤੇ ਨਾ ਪਹੁੰਚਾ ਹਾਂ ਹੋ ਸਕਦਾ ਮੈਨੂੰ ਕਿਸੇ ਨੇ ਰਿਕਮੈਂਡ ਮੇਰਾ ਦੋਸਤ ਕਹਿੰਦਾ ਸੀ ਉੱਦਾਂ ਪਰ ਜਿਹੜਾ ਕਿ ਪੂਰਾ ਹੋ ਗਿਆ ਵਿਚਾਰਾ ਹੁਣ ਹੋ ਗਿਆ ਮਹੀਨਾ ਡੇਢ ਮਹੀਨਾ ਅਤੇ ਉਹ ਹਾਊਸ ਆਫ ਲਾਰਡ 'ਚ ਗਿਆ ਓਕੇ ਹਾਂਜੀ ਜਿਹੜਾ ਕਿ ਹਾਈਸਟ ਇਨ ਦਾ ਕੰਟਰੀ ਠੀਕ ਅਤੇ ਅੱਛਾ ਫਿਰ ਉਹ ਕਹਿੰਦੇ ਇਲੈਕਸ਼ਨ ਆ ਉਦੋਂ ਡਿਸਕ੍ਰਿਮੀਨੇਸ਼ਨ ਬਹੁਤ ਸੀਗੀ ਵੀ ਜੇ ਹੁਣ ਇਹਦਾ ਕੰਮ ਕੀਤਾ ਤਾਂ ਰੌਲੀ ਪੈ ਜਾਣੀ ਆ ਜਿਹੜਾ ਉਹਦੇ ਖਿਲਾਫ਼ ਬੰਦਾ ਸੀ ਉਹਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਹਿਲਾ ਸਕਦੀ ਇੰਨਾ ਜ਼ਬਰਦਸਤ ਸੀਗਾ ਲੇਕਿਨ ਇਹ ਜਿੱਤ ਗਿਆ ਇਹਨੇ ਮੈਨੂੰ ਪ੍ਰੇਰਨਾ ਕੀਤੀ ਵੀ ਤੂੰ ਵੀ ਕੌਂਸਲ ਲਿਖਾ ਇਹਨੇ ਮੈਨੂੰ ਬਹੁਤ ਮੇਰੇ ਬਹੁਤ ਇੰਨੀ ਸਪੋਰਟ ਕੀਤੀ ਜਾਣੀ ਮੈਂ ਭੁਲਾ ਨਹੀਂ ਸਕਦਾ ਸਾਰੀ ਜ਼ਿੰਦਗੀ ਹਾਂਜੀ ਅਤੇ ਫਿਰ ਮਤਲਬ ਕਿ ਇੱਦਾਂ ਚੱਲਦਾ ਰਿਹਾ ਕੰਮ ਫਿਰ ਮੈਂ ਮੇਅਰ ਬਣਿਆ 2002-2003 ਇੱਕ ਸਾਲ ਹੀ ਰਹਿੰਦਾ ਆਪਣੀ ਉਹ ਕਮਿਊਨਿਟੀ ਦੀ ਉੱਥੇ ਕਿੰਨੀ ਕਿੰਨੀ ਸੋਚਿਆ ਉਹ ਵੀ ਤੁਹਾਨੂੰ ਦੱਸਦਾ ਹਾਂਜੀ ਉਹੀ ਹੁੰਦੀ ਹੈ ਆਪਣੇ ਲੋਕਾਂ ਨੂੰ ਬਹੁਤ ਗੱਲਾਂ ਦਾ ਪਤਾ ਨਹੀਂ ਹੈ ਮੇਰੀ ਪਹਿਲਾਂ ਤੋਂ ਕੋਸ਼ਿਸ਼ ਇਹ ਰਹੀ ਵੀ ਆਪਣੇ ਬੰਦੇ ਨੂੰ ਦੱਸਾਂ ਮੇਰੀ ਐਡਵਾਈਸ ਆ ਜਿਹੜੀ ਮਹੀਨੇ 'ਚ ਕਈ ਹੁੰਦੀਆਂ ਸੀਗੀਆਂ ਆਓ ਮੈਂ ਤੁਹਾਨੂੰ ਚੀਜ਼ਾਂ ਬਾਰੇ ਦੱਸਾਂ ਵੀ ਇਹ ਕਾਨੂੰਨ ਆਹ ਚੀਜ਼ ਕਰਨੀ ਚਾਹੀਦੀ ਆ ਤੁਸੀਂ ਹੈਲਥ ਸਰਵਿਸ 'ਚ ਲੜੋ ਤੁਸੀਂ ਐਜੂਕੇਸ਼ਨ 'ਚ ਆਵੋ ਤੁਸੀਂ ਪੋਲੀਟਿਕਸ ਵਿੱਚ ਆਵੋ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਇਸ ਮੁਲਕ 'ਚ ਕੀ ਹੋ ਰਿਹਾ ਜੇ ਕੋਈ ਮਦਦ ਦੀ ਲੋੜ ਆ ਸਪੋਰਟ ਦੀ ਲੋੜ ਆ ਹੈਲਪ ਦੀ ਲੋੜ ਆ ਜਾਂ ਐਡਵਾਈਸ ਦੀ ਲੋੜ ਆ ਵੀ ਉਹਨਾਂ ਨੂੰ ਚੱਕਣ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਕਿ ਕਿਉਂਕਿ ਮੈਨੂੰ ਵੀ ਕਿਸੇ ਨੇ ਚੱਕਿਆ ਸੀ ਅਤੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਸਮੱਸਿਆ ਦੂਰ ਹੋ ਸਕਣ ਹਾਲੇ ਵੀ ਲੋਕ ਬਹੁਤ ਹੈਗੇ ਅਸੀਂ ਉਹਨਾਂ ਨੂੰ ਬੇਨਤੀ ਕਰੀ ਦੀ ਆ ਵੀ ਤੁਸੀਂ ਹਿੱਸਾ ਲਓ ਤਾਂ ਹੀ ਤੁਹਾਨੂੰ ਪਤਾ ਲੱਗ ਸਕਦਾ ਉੱਥੋਂ ਦੇ ਲੋਕਲ ਐਕਟੀਵਿਟੀਜ਼ ਦੇ ਵਿੱਚ ਪੂਰਾ ਹਿੱਸਾ ਲਓ ਹਿੱਸਾ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਸਾਡਾ ਆਪਣਾ ਸੱਭਿਆਚਾਰ ਹੈ ਸਾਡੀ ਆਪਣੀ ਜ਼ੁਬਾਨ ਸਾਡਾ ਆਪਣਾ ਕਲਚਰ ਹਾਂਜੀ ਜਿਹਦੇ 'ਚ ਮੇਨਲੀ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਕਿ ਸਿੱਖ ਕਲਚਰ ਜਾਂ ਪੰਜਾਬੀ ਕਲਚਰ ਉਹਦੀ ਪ੍ਰਮੋਸ਼ਨ ਦੇ ਵਾਸਤੇ ਉੱਥੇ ਜਿਹੜਾ ਇਸ ਤਰ੍ਹਾਂ ਇੰਪ੍ਰੈਸ਼ਨ ਦਿੱਤਾ ਜਾ ਰਿਹਾ ਕਿ ਜਿਹੜੀ ਜਨਰੇਸ਼ਨ ਹੁਣ ਚੱਲ ਰਹੀ ਆ ਇਹ ਬਹੁਤ ਦੂਰ ਚਲੀ ਗਈ ਅਤੇ ਆਉਣ ਵਾਲੀ ਜਨਰੇਸ਼ਨ ਸ਼ਾਇਦ ਇਹ ਤੋਂ ਬਿਲਕੁਲ ਹੀ ਦੂਰ ਚਲੀ ਜਾਵੇ ਉਹਨਾਂ ਦਾ ਲਗਾਓ ਟੁੱਟ ਜਾਵੇ ਕੋਈ ਇਹਦੇ ਬਾਰੇ ਤੁਹਾਡੇ ਕੀ ਪ੍ਰਭਾਵ ਕੀ ਆ ਵੀ
कि इस नूं ट्रेंड नूं रोकण दा कोई चांस है? हाँ जी, इस रोकण दा ट्रेंड असीं इह कोशिश कर रहे हां कि न्याणिआं नूं तुसीं अपने मज़हब बारे पहलां तां जानकारी करो, फिर दूजे उहदे बारे जे तुहाडी कोई ख्याल आ गया उह तुसीं बाकी नूं दसो, जिहड़े कि हो सकदा उह वी काम आ जाण। उह ना छड्डो, अपनी बोली ना छड्डो। हाँ जी, नाल नाल इह ना हो वी उधर ही लगे रहो, फिर दूजा पासा भुल जाओ। एजुकेशन वाला, हैल्थ वाला, ट्रांसपोर्ट अपने ट्रांसपोर्ट वाला, दूजे बिजनेस वाला, उह वी नाल नाल जिधर गेमां वालों भी फिर तुसीं ध्यान करो, फिर ताकि उहदे नाल तुहाडी जिंदगी उह भी चलदी रहे। ते इह तां प्रेरणा करी दी आ यंग मुंडे नूं, तां स्पैशली मुंडे कुड़ी नूं स्पैशली करी दा भी तुहाडे कोल इस वेले टाइम हैगा, इहनूं वेस्ट ना करो। इह तां प्रेरणा समझाउण दी गल, कोई एक्टिविटीज़ भी कीतियां जा रही कि जी असीं आ कर रहे हैं, प्रैक्टिकल कोई स्टैप्स लए जा रहे हैं कि पंजाबी सभ्याचार नूं प्रमोट करन दे लई, पंजाबी ज़बान नूं प्रमोट करन दे लई असीं आ कर रहे हैं? कोई क्लासां लग रही हैं, कोई स्कूल लग रहे? हाँ जी, वो गुरुद्वारे विच पंजाबी स्कूल गुरुद्वारे दे कराए। हाँ जी, ओके। ते बाकी एजुकेशनल एस्टैबलिशमेंट जिहड़े स्कूल आ उन्हां विच अपनी लैंग्वेज हुण उत्थे पंजाबी दी ओ लैवल ਇਹ ਲੈਵਲ ਵੀ ਕਰ ਸਕਦੇ ਆ। ਹਾਂ ਜੀ, ਉਹ ਉਹ ਲਈ ਜਦੋਂ ਜਿਸ ਤਰ੍ਹਾਂ ਕਰਨੀ ਪੈਂਦੀ ਆ ਤੇ ਉਹਦੇ ਲਈ ਕਾਫੀ ਇਹ ਕੀਤੀ ਵੀ ਪਹਿਲੀ ਗੱਲ ਆਪਣੀ ਮਾਂ ਬੋਲੀ ਨਾ ਭੁੱਲੋ, ਦੂਜੀ ਗੱਲ ਇਹ ਐਕਸਟਰਾ ਕੁਆਲੀਫਿਕੇਸ਼ਨ ਹੈ ਜਿਹੜੀ ਕਿ ਸਿਆਣਿਆਂ ਨਾਲ ਕੰਮ ਕਰਨ, ਕਮਿਊਨੀਕੇਸ਼ਨ ਕਰਨ ਦੇ ਵੀ ਕੰਮ ਆ ਸਕਦੀ ਆ। ਤੁਸੀਂ ਆਫਨ ਉੱਥੋਂ ਆਪਣੇ ਰੁਝੇਵੇਂ ਛੱਡ ਕੇ ਪੰਜਾਬ ਆਉਂਦੇ ਰਹਿੰਦੇ, ਆਪਣੇ ਪਿੰਡ ਆਉਂਦੇ ਰਹਿੰਦੇ ਆ, ਔਰ ਜਿਸ ਤਰ੍ਹਾਂ ਤੁਹਾਡਾ ਗੋਬਿੰਦਪੁਰ ਪਿੰਡ ਹੈ, ਤੁਸੀਂ ਇੱਥੇ ਘਰ ਵੀ ਬਣਾਇਆ ਸਾਰਾ ਕੁਛ, ਤੁਹਾਨੂੰ ਇੱਥੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਤੁਸੀਂ ਆਉਂਦੇ ਹੋ, ਜਾਂ ਪੰਜਾਬੀ ਲੋਕ ਹੋਰ ਆਉਂਦੇ ਜਿਹੜੇ ਸ਼ਿਕਾਇਤ ਕਰਦੇ ਹੋਣਗੇ ਬਾਹਰ ਜਾ ਕੇ ਕਿ ਜੀ ਬੜੀਆਂ ਮੁਸ਼ਕਿਲਾਂ ਕੋਲ, ਬੜਾ ਅਪਸੈਟ ਜਿਹਾ ਮਹਿਸੂਸ ਕਰਦੇ ਕੁਛ ਲੋਕ ਇੱਥੇ ਆਉਣ ਤੋਂ ਬਾਅਦ ਨਾ ਕਿ ਜੀ ਬੜਾ ਗੜਬੜ ਹੋਇਆ ਪਿਆ, ਤੁਹਾਨੂੰ ਕਿਸ ਤਰ੍ਹਾਂ ਲੱਗਦਾ ਜੀ? ਸਾਨੂੰ ਹਾਲੇ ਤਾਈਂ ਠੀਕ ਲੱਗਦਾ, ਲੇਕਿਨ ਮੇਰੀ ਦਿਲ ਦੀ ਖਾਹਿਸ਼ ਆ, ਕਿਉਂਕਿ ਸਾਡੇ ਬਜ਼ੁਰਗਾਂ ਨੇ ਨਮਾਜ਼ ਕਾਬਨ ਸੁਣੀ, ਸਾਡੇ ਬਜ਼ੁਰਗਾਂ ਨੇ ਹੋਰ ਨੇ ਬਹੁਤ ਪਿੰਡ ਲਈ ਕੰਮ ਕੀਤਾ, ਏਰੀਏ ਲਈ ਕੰਮ ਕੀਤਾ, ਵੀ ਅਸੀਂ ਵੀ ਕੁਛ ਨਾ ਕੁਛ ਕਰ ਸਕੀਏ। ਮੈਂ ਪਿਛਲੇ ਸਾਲ ਸਰਪੰਚ ਸਾਹਿਬ ਲੜਕੀ ਆਈ ਹੋ ਆ ਉਹਦੇ ਘਰ ਗਿਆ, ਵੀ ਮੇਰੀਆਂ ਚਾਰ ਖੁਆਇਸ਼ਾਂ ਆ, ਹੁਣ ਪੰਜ ਹੋ ਗਈਆਂ ਉੱਦਾਂ ਤਾਂ ਹੁਣ। ਪਹਿਲੀ ਗੱਲ, ਸਾਡੇ ਇੱਥੇ ਸਟੇਡੀਅਮ ਹੈ ਨਹੀਂ, ਓਕੇ, ਪਿੰਡ 'ਚ ਪਿੰਡ ਜ਼ਰੂਰ ਹੋਣਾ ਚਾਹੀਦਾ। ਨੰਬਰ ਦੋ, ਜਿਹੜਾ ਸਕੂਲ ਇੰਗਲਿਸ਼ ਮੀਡੀਅਮ ਹੈ ਨਹੀਂ, ਲੜਕੀਆਂ ਲੜਕੇ ਬੰਗੀ ਜਾਂਦੇ ਆ, ਸਕੂਲ ਨੂੰ ਐਕਸਟੈਂਡ ਕੀਤਾ ਜਾਵੇ ਜਿਹੜਾ ਕਿ ਮਾਸਟਰ ਕਾਲਸ ਉਹਨਾਂ ਦੀ ਦੇਣ ਆ। ਅਤੇ ਤੀਜੀ, ਜਿਹੜਾ ਹੋਸਪਿਟਲ ਹੈ ਉਹ ਜ਼ਰੂਰ ਹੋਣਾ ਚਾਹੀਦਾ, ਅਤੇ ਜਗ੍ਹਾ ਵੀ ਉਹਨੂੰ ਉਹਦੇ ਵਾਸਤੇ ਦੱਸਦੇ ਹਾਂ, ਜਿਹੜਾ ਪਸ਼ੂਆਂ ਦਾ ਹੋਸਪਿਟਲ ਆ ਉਹਦੇ ਵਿੱਚ ਕਿਤੇ ਇੱਕ ਪਸ਼ੂ ਹੁੰਦਾ, ਕਿਤੇ ਇੱਕ ਵੀ ਨਹੀਂ ਹੁੰਦਾ, ਵੀ ਉਹ ਥੋੜ੍ਹਾ ਜਿਹਾ ਥਾਂ ਛੱਡ ਕੇ ਬਾਕੀ ਸਾਰਾ ਹੋਸਪਿਟਲ ਬਣਾਇਆ ਜਾਵੇ। ਅਤੇ ਬਾਕੀ ਇਹ, ਅਤੇ ਦੂਜੇ ਵੀ ਇੱਥੇ ਸੀਵਰੇਜ ਸਿਸਟਮ ਵੀ ਜ਼ਰੂਰ ਚਾਹੀਦਾ, ਹਾਂਜੀ, ਤਾਂ ਕਿ ਜਿਹੜੀ ਆਉਣ ਵਾਲੀ ਇੱਥੇ ਜਨਰੇਸ਼ਨ ਆ ਉਹਨਾਂ ਨੂੰ ਕਿਸੇ ਗੱਲ ਦੀ ਇਹ ਤੰਗੀ ਨਾ ਹੋ ਵੀ ਆਹ ਚੀਜ਼ ਦਾ ਹੈ ਨਹੀਂ। ਜਦੋਂ ਹੁਣ ਇੱਥੇ ਟਰੋਲ ਸਿਸਟਮ ਪਹਿਲਾਂ ਹੈ ਨਾ ਸੀ, ਬਾਥ ਹੈ ਨਾ ਸੀ, ਪਾਣੀ ਤੱਤੀ ਕਰਕੇ ਵੀ ਬਾਲਟੀਆਂ ਨੇ ਇੱਦਾਂ ਔਖੇ ਸੌਖੇ ਹੀ ਤਾਂ ਸਾਰ ਲਿਆ ਮੌਕਾ, ਲੇਕਿਨ ਉਹਨਾਂ ਨੂੰ ਇਨਕਰੇਜਮੈਂਟ ਕਰਨੀ ਤਾਂ ਕਿ ਉਹਨਾਂ ਨੂੰ ਇਹ ਤਕਲੀਫ ਨਾ ਹੋਵੇ, ਉਹਨੂੰ ਇਹੀ ਲੱਗੇ ਵਿੱਚ ਅਸੀਂ ਇੰਗਲੈਂਡ 'ਚ ਆ ਗਏ ਹਾਂ, ਜਿਹੜੀਆਂ ਸਾਨੂੰ ਮੁਸ਼ਕਿਲਾਂ ਚਾਹੀਦੀਆਂ ਉਹ ਨਾ ਹੋਣ। ਸੋ ਜਿਹੜੀਆਂ ਚੀਜ਼ਾਂ ਇਹਨਾਂ ਦੇ ਮਨ 'ਚ ਬੈਠੀਆਂ ਹੋਈਆਂ, ਭਾਵਨਾ ਹੈ ਕਿ ਆਹ ਚੀਜ਼ਾਂ ਚਾਹੀਦੀਆਂ, ਅਸਲ ਦੇ ਵਿੱਚ ਉਹ ਬੇਸਿਕ ਚੀਜ਼ਾਂ ਨੇ ਜਿਹੜੀਆਂ ਹਰ ਹਾਲਤ ਵਿੱਚ ਚਾਹੀਦੀਆਂ। ਇਹ ਕਹਿੰਦੇ ਨੇ ਕਿ ਜੀ ਸਟੇਡੀਅਮ ਨਹੀਂ ਹੈ ਉਹ ਚਾਹੀਦਾ, ਚੰਗਾ ਸਕੂਲ ਨਹੀਂ ਹੈ ਉਹ ਚਾਹੀਦਾ, ਹੋਸਪਿਟਲ ਉਹਨੂੰ ਐਕਸਟੈਂਡ ਕੀਤਾ ਜਾਵੇ, ਇੰਗਲਿਸ਼ ਸਕੂਲ ਨਹੀਂ ਹੈ, ਹੈ ਨਾ, ਅਤੇ ਹੋਸਪਿਟਲ ਇਲਾਜ ਵਾਸਤੇ ਪ੍ਰੋਪਰ ਜ਼ਰੂਰੀ ਹੈ। ਸੋ ਇਸ ਤਰ੍ਹਾਂ ਦੀਆਂ ਬੇਸਿਕ ਜਿਹੜੀਆਂ ਚੀਜ਼ਾਂ ਉਹਨਾਂ ਦੀ ਘਾਟ ਤੁਹਾਨੂੰ ਰੜਕਦੀ ਰਹੇ। ਦੂਸਰਾ ਮੈਨੂੰ ਇਹ ਦੱਸੋ, ਜਿਹੜਾ ਇੱਥੋਂ ਦਾ ਸਿਸਟਮ ਹੈ, ਕੁਛ ਲੋਕ ਕਹਿੰਦੇ ਆ ਕਿ ਜੀ ਸਾਡੀ ਸੁਣੀ ਨਹੀਂ ਜਾ ਰਹੀ ਜਦੋਂ ਅਸੀਂ ਆਈਦਾ, ਜਾਂ ਸਾਨੂੰ ਕੋਈ ਸਮੱਸਿਆ ਆਉਂਦੀ ਕਿ ਸਾਡੀ ਕੋਈ ਸੁਣਦਾ ਨਹੀਂ ਹੈ, ਠੀਕ ਹੈ ਜੀ, ਉਹਦੇ ਬਾਰੇ ਤੁਹਾਨੂੰ ਕੋਈ ਤਜਰਬਾ ਆਪਣਾ ਜਾਤੀ ਹੈ ਜਾਂ ਤੁਹਾਡਾ ਕੋਈ ਕਮੈਂਟਸ ਹੈ ਕਿ? ਹਾਂਜੀ ਹਾਂਜੀ, ਉਹਦੇ ਬਾਰੇ ਮੇਰਾ ਤਜਰਬਾ ਇਹ ਆ ਵੀ ਅਸੀਂ ਪਹਿਲੀ ਤਾਂ ਗੱਲ ਟਾਈਮ ਦੀ ਪਾਬੰਦੀ ਨਹੀਂ ਹੈ ਜੀ, ਦੂਜੀ ਗੱਲ ਉਹ ਚੀਜ਼ ਨਹੀਂ ਹੁੰਦੀ ਜਿੱਦਾਂ ਅਸੀਂ ਚਾਹੁੰਦੇ ਉੱਧਰੋਂ ਆਏ ਹਾਂ, ਉਸ ਇਨਵਾਇਰਮੈਂਟ 'ਚੋਂ, ਉਸ ਲੋ ਅਬਾਰਡਿੰਗ ਸਿਟੀਜ਼ਨ 'ਚੋਂ ਜਾਂ ਕਿੱਦਾਂ ਤਾਂ ਆਏ ਹਾਂ, ਵੀ ਉਸ ਤਰੀਕੇ ਨਾਲ ਉਹ ਹੋ ਨਹੀਂ ਰਹੀ। ਉਹ ਜਦ ਵੀ ਜਿੱਥੇ ਵੀ ਕਿਸੇ ਔਫਿਸਰ ਨੂੰ ਮਿਲੀਦਾ ਕਿਤੇ ਟਾਈਮ ਮਿਲੇ ਤਾਂ ਉਹ ਸਾਡਾ ਮਨ ਫਿਰ ਖੁਸ਼ ਨਹੀਂ ਹੁੰਦਾ, ਫਿਰ ਵੀ ਅਸੀਂ ਕਿਹਾ ਵੀ ਜਦ ਉੱਧਰ ਹੋ ਸਕਦਾ ਅਸੀਂ ਉੱਧਰ ਜਾ ਕੇ ਕਰ ਸਕਦੇ, ਜੇ ਇੱਥੇ ਤਾਂ ਜੰਮੇ ਹਾਂ ਅਸੀਂ, ਤੁਹਾਨੂੰ ਜੇ ਸਾਨੂੰ ਤੁਹਾਨੂੰ ਕਿਸੇ ਗੱਲ ਦੀ ਸਲਾਹ ਮਸ਼ਵਰੇ ਦੀ ਜ਼ਰੂਰਤ ਹੈ ਉਹ ਅਸੀਂ ਦੇਣ ਨੂੰ ਤਿਆਰ ਹਾਂ। ਹੁਣ ਜਿੱਦਾਂ ਕਿ ਇੱਕ ਪਾਰਟੀ 'ਤੇ ਮੈਂ ਇੱਥੇ ਦੇ MLA ਨੂੰ ਮਿਲਿਆ, ਪਹਿਲਾਂ MLA ਇੱਥੇ ਮੋਹਨ ਲਾਲ ਜੀ ਆਏ ਸੀ, ਉਹਨਾਂ ਨੂੰ ਮਿਲਣ ਦਾ ਨਹੀਂ ਮੌਕਾ ਮਿਲਿਆ, ਉੱਦਾਂ ਉਹਨਾਂ 'ਤੇ ਬੇਨਤੀ ਕਰਾਤੀ ਸੀ ਵੀ ਉਹ ਗਲੀ ਬਣਾਈ ਜਾਵੇ, ਚਲੋ ਹੋ ਗਿਆ, ਅਤੇ ਉਹ MLA ਮਿਲਿਆ, ਉਹ ਕਹਿੰਦੇ ਮੈਂ ਦੱਸੋ, ਮੈਂ ਕਿਹਾ ਜੀ ਇੱਕ ਬੇਨਤੀ ਆ ਤੁਹਾਡੀ ਅੱਗੇ ਵੀ ਸਾਡੇ ਪਿੰਡ ਆਹ ਚੀਜ਼ਾਂ ਦੀ ਜ਼ਰੂਰਤ ਆ, ਉਹ ਕਹਿੰਦੇ ਜੀ ਪੰਚਾਇਤ ਮਤਾ ਪਾਸ ਕਰ ਦੇਵੇ, ਐਤਲੋਚਨ ਜੀ ਆ,
चौधरी तरलोचन सिंह है ना भी सानू दे दियो असी कोशिश करांगे। मैं उन्होंने कहा भी साढ़े मन देखो हूँ अच्छे स्याणे हो मेरा अन्नी 74 तुम्हें पता है ना पर फिर भी कहने जिदा कोई कहता थोड़े कड़े बच्चे पढ़ने मैं कहने वह भी साढ़े बच्चे ही है जिदा इतने सिलाई स्कूल खोलिया तो मैं भी मौका दिता पिया कि दो लफ्ज बोला मैं इन्ना खुश होया वो मैं खुशी यह क्या भी जिहड़े साडे बजुर्गां ने काम शुरू किए सी कुछ ना कुछ तो पेंडू गांह चुकने होया ही आई खुशी आ बाकी खुश मैं तो होऊंगा होर भी खुश होऊंगा ता नहीं होर भी खुश होऊंगा जे ते कंप्यूटर सिस्टम भी हो जाए जी हम गांह से गांह जवानी तो फिर इतने स्कूल भी योगदान थोड़ा बहुत पाया जिन्हें कर सकते डिस्पेंसरी भी जो करना जो सरपंच साहब मैं कहते उन्होंने कहा मैं क्या भी कंप्यूटर मैं लैके देने तैयार हाँ छोटे मोटे जिन्नी जगह तो वह मैं स्कूल लै गया कहें जी आखिया देखो तो कंप्यूटर बहुत मैं खुश हुआ भी ये चीज़ हम गांह अगो बधू 21st सेंचुरी है तुम्हें लग रहा कि तरक्की हो रही है कंप्यूटर भी आ गया है ना लोगों की इच्छा भी है कि कंप्यूटर हो रहा उन्होंने इंप्रूव किया जा सके मैं होर भी चाहना जिहड़ियां चीज़ां तुहानूं तुसीं कोई इत्थों दे लोगों नूं कोई NRIs नूं कोई गल अपील करनी चाहते हैं कि भी की करना चाहिए इस सोसायटी नूं होर ज़्यादा विकसित करने वास्ते NRI नूं अपील यही करांगे कि असीं पिंड वाले नूं कहा भी जे तुसीं करो असीं भी योगदान पावांगे जिन्ना कर सकदे आ कदी इह नहीं कि असीं आह कर देंगे वो कर ये कर देंगे एक नंबर दो हुण सानूं उधर पता लगा TV ते भी एक ऑर्गेनाइजेशन बनी है जी रोको कैंसर कैंसर की बीमारी बहुत ज्यादा है जी, मैं बंदे नूं मिलने की कोशिश की नहीं मिल सकया तो फिर एक बार कुदरती मैंने एक गुरुद्वारे खंड पाठ से मैं उत्थे बंदा मिल गया मैं कहा जी मैं कुछ योगदान पाना चाहना वो कहते जी योगदान नहीं असं इदा लेंदे तुसीं कैंप लगाओ पिंड हुण इच्छा हैगी भी कदों होवे भी ताकि लोगों को कहें अवेयरनैस कंपेन की बहुत ज़्यादा जरूरत आ फर्स्ट स्टेज सैकंड स्टेज थर्ड स्टेज कहते असी तो देख के हैरान लगे कई इदा इलाके जिते कि बहुत ही ज़्यादा कैंसर है हाँ जी असं क्या भी चलो महाराज भी जे कि हो या देखो परमात्मा करे भी शायद ये भी क्योंकि आम लोगों अपनी बीमारी बारे इन्ना नहीं पता जिन्हें हो सकता मैं भी हूँ पर उन्होंने अवेयरनैस मर्ज दसना भी जी आज हाँ जी तो वह फिर अपनी फुल टीम लैके आएंगे परमात्मा ने चाहिया देखो कदों बारी आँदी है एक ये एक दूजी साडा पिंड उत्थे चैनल से दिखा दे तो दो चैनल एक सिख चैनल एक हैगा संगत अपने पंजाबी उन्होंने भी वो कहा भी असं पिंड का की दिखावे भी यह चीज़ हम असं कह देवे दो चीज़ा इस वे दस सकते हैं माटर काव सिंह बिंदपुरी जिन्हें कि आह कुछ किया इन्ना मुल्क लिए कौम लिए सब कुछ पिंड किया दूजे शिव पाशी का गुरद्वारा तो फिर हम की दसागे भी गलियां भी जो बना गया उदा ही सीवरेज भी है नहीं तो दूजे सड़क भी चलो माड़ी मोटी तो हैगी हस्पताल भी है जो कि ज्यादा जरूरी आ हाँ जी तो हम फर्ज बहुत फर्ज करो किसी अटैक ही होया जिन्हें चर बंगे में जाना परमात्मा ना करे तो तुम ठीक है जी कोशिश ये जे साड़ियाँ मंजूर हो सो ये सन साडे मेहमान NRI जी जेडे कि बाहर जाके बहुत छोटे लैवल तो अपने आप में चुकया और काउंसलर ने हुण इन्हां दी इच्छा है जो अपने पिंड नूं उच्चा चुकन दी सुधारन दी उन्हां नूं प्रभाव यह आ कि जेडे मास्टर काबल सिंह गोबिंदपुरी जी भी जिहो जिहा पिंड छड्ड गए सी उदों तों ज़्यादा तरक्की नहीं कीती इन्हें सालों के आज़ादी तो बाद और हुण वह चाहते हैं कि वह आप भी कंट्रीब्यूट कर NRIs नूं भी कहिंदे ने कि वह अपने अपने पिंडां दे विच कंट्रीब्यूट करन तां कि इस पंजाब दा विकास किया जा सके इतों के बच्चे भी पढ़ लिख के अपने पैरों के उत्ते हो सकन थैंक यू वेरी मच तुसी इस प्रोग्राम च शामिल होए हो फिर कदे मौका मिले फिर थैंक यू।